ਕੁਝ ਸਾਲ ਪਹਿਲਾਂ ਗਿੱਪੀ ਗਰੇਵਾਲ ਦੀ ਫਿਲਮ ਆਈ ਸੀਗੀ ਸਿੰਘ ਵਰਸਿਸ ਕੌਰ, ਜਿਸ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆਈ ਸੀਗੀ ਪੰਜਾਬੀ ਐਕਟਰੈਸ ਜਪਜੀ ਖਹਿਰਾ। ਪਰ ਇਹਨਾਂ ਦੋਨਾਂ ਦੀ ਕੈਮਿਸਟਰੀ ਦੁਬਾਰਾ ਤੋਂ ਸਕਰੀਨ 'ਤੇ ਨਹੀਂ ਨਜ਼ਰ ਆਈ, ਪਰ ਹੁਣ ਇਹ ਦੋਨੋਂ ਦੁਬਾਰਾ ਤੋਂ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੇ ਅਰਦਾਸ 2 ਫਿਲਮ ਦੇ ਵਿੱਚ। ਔਰ ਇਸ ਦੀ ਜਾਣਕਾਰੀ ਖੁਦ ਰਿਵੀਲ ਕੀਤੀ ਹੈ ਜਪਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਫੋਟੋ ਅਪਲੋਡ ਕਰਕੇ, ਜਿਸ ਦੀ ਕੈਪਸ਼ਨ 'ਚ ਲਿਖਿਆ ਹੈ ਕੈਨੇਡਾ #ਅਰਦਾਸ2 #ਫਿਲਮਮੇਕਿੰਗ #ਸ਼ੂਟਿੰਗ #ਪੰਜਾਬੀ ਸਿੰਗਰ #ਐਕਟਰ ਐਂਡ #ਆਸਟ੍ਰੇਲੀਆ। ਯਾਨੀ ਕਿ ਆਸਟ੍ਰੇਲੀਆ ਵੀ ਸ਼ਾਇਦ ਜਾ ਰਹੇ ਨੇ ਅਤੇ ਨਾਲ ਦੇ ਨਾਲ ਕੈਨੇਡਾ ਵੀ ਜਾ ਰਹੇ ਨੇ ਅਤੇ ਸ਼ੂਟਿੰਗ ਵੀ ਹੈ ਅਰਦਾਸ 2 ਦੀ, ਤਾਂ ਹੀ ਉਹਨਾਂ ਨੇ ਇਹਨਾਂ ਸਭ ਨੂੰ #ਟੈਗ ਦੇ ਵਿੱਚ ਮੈਂਸ਼ਨ ਕੀਤਾ। ਉੱਥੇ ਹੀ ਦੂਜੇ ਪਾਸੇ ਗਿੱਪੀ ਗਰੇਵਾਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇੱਕ ਫੋਟੋ ਅਪਲੋਡ ਕੀਤੀ, ਜਿਸ ਦੀ ਕੈਪਸ਼ਨ 'ਚ ਉਹਨਾਂ ਨੇ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਅਤੇ ਨਾਲ ਇਹ ਵੀ ਲਿਖਿਆ ਔਨ ਸੈੱਟ ਅਰਦਾਸ 2। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਜਪਜੀ ਖਹਿਰਾ ਕੀ ਅਲੱਗ ਲੈ ਕੇ ਆਉਣਗੇ ਆਪਣੀ ਐਕਟਿੰਗ ਦੇ ਵਿੱਚ। ਉਮੀਦ ਕਰਦੇ ਹਾਂ ਕਿ ਜਪਜੀ ਦੀਆਂ ਬਾਕੀ ਫਿਲਮਾਂ ਦੇ ਵਾਂਗ ਲੋਕਾਂ ਨੂੰ ਇਹ ਫਿਲਮ ਵੀ ਪਸੰਦ ਆਵੇਗੀ। ਤੁਹਾਨੂੰ ਅਰਦਾਸ 2 ਦਾ ਕਿੰਨਾ ਕੁ ਇੰਤਜ਼ਾਰ ਹੈ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ।